ਪਾਣੀ ਦਾ ਪੱਧਰ ਵੱਧ ਜਾਣ ਕਾਰਨ ਮੋਨਕ ਜਾਖਲ ਦੇ ਕੋਲ ਪੈਂਦੀ ਘੱਗਰ ਦਾ ਬੰਨ ਟੁੱਟ ਗਿਆ, ਜਿਸ ਕਾਰਨ ਆਲੇ ਦੁਆਲੇ ਦੇ ਇਲਾਕਿਆਂ 'ਚ ਪਾਣੀ ਭਰਨਾ ਵੀ ਸ਼ੁਰੂ ਹੋ ਗਿਆ। ਘੱਗਰ 'ਚ ਡੂੰਘਾ ਪਾੜ ਪੈਣ ਕਾਰਨ ਲੋਕਾਂ 'ਚ ਕਾਫੀ ਅਫੜਾ ਤਫੜੀ ਮੱਚੀ ਹੋਈ ਹੈ ਤੇ ਲਗਾਤਾਰ 3 ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਮੋਨਕ ਜਾਖਲ ਦੇ ਕੋਲ ਪੈਂਦੀ ਘੱਗਰ 'ਚ 40 ਫੁੱਟ ਵੱਡੀ ਦਰਾੜ ਆ ਗਈ ਹੈ, ਜਿਸ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਹੜ੍ਹ ਦੇ ਪਾਣੀ ਵਿੱਚ ਡੁੱਬ ਗਈ ਹੈ।